ਮੇਰੀ ਪ੍ਰੀਤ ਗੋਬਿੰਦ ਸਿਉ ਜਿਨ
मन सो मद कर करो चरण हृदय करो मन सो मद कर करो चरण हृदय करो रस में अमृत राम नाम पाओ रस में अमृत राम नाम पाखो रस में अमृत राम नाम पाखो मेरी प्रीत गोविंद सिंह दिन कटे मेरी प्रीत गोविंद सिंह दिन कटे साध संगत बिन पाओ ना उपजे
ਰਵਦਾਸ ਇੱਕ ਬੇਨਤੀ ਹਰ ਕਹਿ ਰਵਦਾਸ ਇੱਕ ਬੇਨਤੀ ਹਰ ਇੱਕ ਬੇਨਤੀ ਹਰ ਅੱਜ ਕਹਿ ਰਵਦਾਸ ਇੱਕ ਬੇਨਤੀ ਹਰ ਕਰਵਤ ਭਲਾ ਨ ਕਰਵਤ ਤੇਰੀ ਕਰਵਤ ਭਲਾ ਨ ਕਰਵਤ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋ ਵਾਰੀ ਮੁਖ ਫੇਰ ਪਿਆਰੇ ਵਾਰੀ ਮੁਖ ਫੇਰ ਪਿਆਰ ਕਰਵਟ ਜੇ ਮੁਖ ਕਾਏ ਕੁਮਾਰੇ ਜੇ ਤਨ ਚੀਰ ਤਾਂ ਅੰਗ ਨ ਮੋਰੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਜੇ ਤਨ ਚੀਰ ਤਾਂ ਅੰਗ ਨ ਮੋਰੋ ਪਿੰਡ ਪਰੇ ਤੋਂ ਪ੍ਰੀਤ ਨ ਅਮ ਤੁਮ ਬੀਚ ਪਿਓ ਨਹੀਂ ਕੋਈ ਅਮ ਤੁਮ ਬੀਚ ਪਿਓ ਨਹੀਂ ਕੋਈ ਤੁਮੇ ਸੁਕੰਤ ਨਾਲ ਹਮ ਸੋਈ ਕੈ ਕਬੀਰ ਸੁਨੋਰੇ ਲੋਈ ਅਬ ਤੁਮਰੀ ਮੈਂ ਮਹਿੰਗੀ ਲਈ
ਸਕੈ ਮੈਂ ਤੋ ਬੋਲ ਮਹਿੰਗੀ ਜੀ ਸਕੈ ਪਿਆਰੀ ਪ੍ਰੀਤ ਪਿਆਰੀ ਮਗਨ ਮਨੇ ਮੈਂ ਚਿਤਵੋ ਆਸਾ ਨੈਨੋ ਤਾਰ ਤੁਹਾਰੀ ਕੋਈ ਦਿਨ ਪੈਰ ਮੂਰਤ ਪਲ ਕੈਸੇ ਕੋਈ ਦਿਨ ਪੈਰ ਮੂਰਤ ਪਲ ਕੈਸੇ ਕੋਈ ਪਲ ਕਰੀ ਕਿਹਾਰੀ ਕੂਲ ਕਪਟ ਤਪਟ ਬੁਝ ਤ੍ਰਿਸ਼ਨਾ ਕੂਲ ਕਪਟ ਤਪਟ ਬੁਝ ਤ੍ਰਿਸ਼ਨਾ ਜਿਓ ਭੇਟ ਦਰਸਾਰੀ ਪਿਆਰੀ ਪ੍ਰੀਤ ਪਿਆਰੀ ਲੈਲਾ ਮਜਨੂ ਆਸ਼ਕੀ ਲੈਲਾ ਮਜਨੂ ਆਸ਼ਕੀ ਜੋ ਚੱਲੀ ਜਾਤੀ ਸੋਰਠ ਦੀ ਜਾਗਾ ਵੀ ਹੈ ਜਸ ਸੁਗੜਾ ਬਾਰੀ ਸੱਸੀ ਪੁੰਨੂ ਦੋਸਤੀ ਜਾਤੀ ਨਹੀਂ ਵਾਲ ਨੂੰ ਸੋਏਣੀ ਨਹੀਂ ਵਾਲ ਨੂੰ ਸੋਏਣੀ ਮੈਂ ਕਰਦੀ ਰਾਤੀ ਰਾਜਾ ਹੀਰ ਵਖਾਣੀ ਹੈ ਰਾਜਾ ਹੀਰ ਵਖਾਣੀ ਹੈ ਉਹ ਫਿਰ ਰਾਤੀ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਟੈ ਇਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ ਭਗਤ ਰਵਿਦਾਸ ਜੀ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਆਪਣੀ ਪ੍ਰੀਤ ਬਿਆਨ ਕਰਦੇ ਹਨ ਕਿ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕਟੈ ਕਿਉਂ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਕੈ ਮੈਂ ਆਪਣਾ ਜੀ ਦੇ ਕੇ ਇਹ ਪ੍ਰੀਤ ਲਈ ਹੈ ਬੜੀ ਮਹਿੰਗੀ ਪ੍ਰੀਤ ਲਈ ਹੈ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਹਰਨੀ ਹੋਵਾਂ ਬਨ ਬਸਾਂ
ਧੰਨ ਗੁਰੂ ਨਾਨਕ ਪਾਤਸ਼ਾਹ ਗੋੜੀ ਰਾਗ ਹਰਨੀ ਹੋਵਾ ਬਨ ਬਸਾ ਕੰਦ ਮੂਲ ਚੁਣ ਖਾ ਗੁਰ ਪ੍ਰਸਾਦ ਮੇਰਾ ਸ਼ੋ ਮਿਲੇ ਵਾਰ ਵਾਰ ਹੋ ਜਾਉ ਜੀਓ ਮੈਂ ਬਨ ਜਾਰਨ ਰਾਮ ਕੀ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵਖਰਵਾ ਪਾਰ ਜੀਓ ਤੇਰਾ ਨਾਮ ਵਖਰਵਾ ਪਾਰ ਜੀ ਕੋਕਲ ਹੋਵਾਂ ਅੰਬ ਬਸਾਂ ਕੋਕਲ ਹੋਵਾਂ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਭਾਈ ਮੇਰਾ ਸੋ ਮਿਲੇ ਸਹਿਜ ਸੁਭਾਈ ਮੇਰਾ ਸੋ ਮਿਲੇ ਦਰਸ਼ਨ ਰੂਪ ਅਪਾਰ ਮੱਛਲੀ ਹੋਵਾਂ ਜਲ ਬਸਾਂ ਮੱਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸ਼ੋ ਵਸੈ ਉਰਵਾਰ ਪਾਰ ਮੇਰਾ ਸ਼ੋ ਵਸੈ ਮਿਲੋਗੀ ਬਾਪਸਾ ਮਿਲੋਗੀ ਬਾਪਸਾ ਨਾਗਨ ਹੋਵਾਂ ਧਰ ਬਸਾਂ ਨਾਗਨ ਹੋਵਾਂ ਧਰ ਬਸਾਂ ਸ਼ਬਦ ਵਸੈ ਪਉ ਜਾਏ ਸ਼ਬਦ ਵਸੈ ਪਉ ਜਾਏ ਨਾਨਕ ਸਦਾ ਸੁਹਾਗਣੀ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਜਿਨ ਜੋਤੀ ਜੋਤ ਸਮਾਏ ਜਿਵੇਂ ਬੱਚੇ ਦੀ ਮਾਤਾ ਦੀ ਕਿਵੇਂ ਪ੍ਰੀਤ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ
ਮੇਰੇ ਪ੍ਰੀਤ ਪਈ ਜਲ ਨਾਲ, ਮੱਛੀ ਦੀ ਪ੍ਰੀਤੀ ਪਾਣੀ ਨਾਲ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਾਲ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਤੇ ਹਰ ਜਨਮੇ ਲੋ ਹਮ ਪਿਆਰੇ, ਤੇ ਹਰ ਜਨਮੇ ਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਹਮਾਰੇ, ਜਿਉ ਮਿਲ ਪਛੜੇ ਗਉ ਪ੍ਰੀਤ ਲਗਾਵੇ, ਕਾਮਨ ਪ੍ਰੀਤ ਜਾਂ ਪਿਰ ਕਰ ਆਵੇ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ, ਸਾਰੰਗ ਪ੍ਰੀਤ ਵਸੇ ਜਲ ਤਾਰਾ, ਸਾਰੰਗ ਪ੍ਰੀਤ ਵਸੇ ਜਲ ਤਾਰਾ, ਨਰਪਤ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੈ ਨਿਰੰਕਾਰਾ, ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੇ ਕਲਾਟੇ, ਜਨ ਨਾਨਕ ਪ੍ਰੀਤ ਸਾਧ ਪੰਥ ਚਾਟੇ, ਪ੍ਰੀਤ ਗੋਬਿੰਦ ਗੋਬਿੰਦ ਸਿਉ ਲਾਗੀ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮਿਲੇ ਪੂਰਨ ਵੱਡ ਪਾਗੀ, ਪਰਤਾ ਪੇਖ ਬਿਗ ਸੇ ਜਿਉ ਨਾਰੀ, ਪਰਤਾ ਪੇਖ ਬਿਗ ਸੇ ਜਿਉ ਨਾਰੀ, ਕਿਉਂ ਹਰ ਜਨ ਜੀਵੈ ਨਾਮ ਚਿਤਾਰੀ, ਹਰ ਜਨ ਜੀਵੈ ਨਾਮ ਚਿਤਾਰੀ, ਪੂਤ ਵੇਖ ਜਿਉ ਜੀਵਤ ਮਾਤਾ, ਪੂਤ ਵੇਖ ਜਿਉ ਜੀਵਤ ਮਾਤਾ, ਪੂਤ ਪੂਤ ਜਨ ਹਰ ਸਿਉ ਰਾਤਾ, ਲੋਭੀ ਅਨੰਦ ਕਰੇ ਵੇਖ ਤਨਾ, ਲੋਭੀ ਅਨੰਦ ਕਰੇ ਪਿਖ ਤਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਬਿਸਰ ਨਹੀਂ ਪ੍ਰਖ ਤਿਲ ਦਾਤਾ, ਨਾਨਕ ਕੇ ਪ੍ਰਭ ਪ੍ਰਾਣਿਆ ਦਾ, ਪ੍ਰੀਤ ਗੋਬਿੰਦ ਸਿਉ ਜਿਨੇ ਕਟੇ, ਪ੍ਰੀਤ ਗੋਬਿੰਦ ਸਿਉ ਜਿਨੇ ਕਟੇ, ਮੈਂ ਤੋ ਮਹਿੰਗੀ ਲਈ ਜੀ ਸਕੇ,
ਹੋਰ ਸਭ ਪ੍ਰੀਤ ਮਾਇਆ ਮੋਕਾ ਚਾ ਮਿਸ ਜਾਏ ਪੂਰਾ ਕੱਚ ਪਾਜਾ ਜਨ ਨਾਨਕ ਪ੍ਰੀਤ ਤ੍ਰਿਪਤਿ ਗੁਰ ਸਾਜਾ ਪ੍ਰੀਤ ਗੋਬਿੰਦ ਜੈਸੀ ਭੁੱਖੇ ਪ੍ਰੀਤ ਅਲਾ ਸਿਖਾਵੰਤ ਜਲ ਸੀ ਤੀਕਾ ਜੈਸੀ ਮੂੜ ਕੁਟੰਬ ਪਰਾਇਣ ਜੈਸੀ ਮੂੜ ਕੁਟੰਬ ਪਰਾਇਣ ਐਸੇ ਨਾਮੇ ਪ੍ਰੀਤ ਨਾਰਾਇਣ ਐਸੀ ਨਾਮੇ ਪ੍ਰੀਤ ਨਾਰਾਇਣ ਨਾਮੇ ਪ੍ਰੀਤ ਨਾਰਾਇਣ ਲਾਗੀ ਨਾਮੇ ਪ੍ਰੀਤ ਨਾਰਾਇਣ ਲਾਗੀ ਸਹਿਜ ਸੁਭਾਏ ਮੈਂ ਰਾਗੀ ਜੈਸੀ ਪਰਪੁਰ ਖਾਰਿਤ ਨਾਰੀ ਜੈਸੀ ਪਰਪੁਰ ਖਾਰਿਤ ਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਲੋਭੀ ਨਰ ਧਨ ਕਾ ਹਿਤਕਾਰੀ ਕਾਮੀ ਪੁਰਸ਼ ਕਾਮਨੀ ਪਿਆਰੀ ਕਾਮੀ ਪੁਰਸ਼ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਸਾਈ ਪ੍ਰੀਤ ਜੇ ਆਪੇ ਲਾਏ ਗੁਰਪ੍ਰਸਾਦੀ ਡੁੱਬਦਾ ਜਾਏ ਕਬੂ ਨ ਟੁੱਟ ਸਰਿਆ ਸਮਾਏ ਕਬੂ ਨ ਟੁੱਟ ਸਰਿਆ ਸਮਾਏ ਨਾਮੇ ਚਿਤ ਲਾਇਆ ਸੱਚ ਲਾਏ ਜੈਸੀ ਪ੍ਰੀਤ ਬਾਰਕ ਅਰ ਮਾਤਾ ਐਸੀ ਪ੍ਰੀਤ ਬਰ ਗਿਆ ਮਾਤਾ ਐਸਾ ਹਰ ਸੇਤੀ ਮਨ ਲਾਤਾ ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ ਗੋਬਿੰਦ ਬਸੇ ਹਮਾਰੇ ਜੀ ਗੋਬਿੰਦ ਬਸੇ ਹਮਾਰੇ ਮੈਂ ਤੋ ਮੂਲ ਮਹਿੰਗੀ ਲਈ
ਵਾਲਾ ਬੇਲੀ ਓਏ ਲਾਗ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਬਛੜੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੈ ਪਾਣੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮ ਬਿਨ ਬਾਪਰੋ ਨਾਮਾ ਜੈਸੇ ਗਾਇ ਕਾ ਬਾਦਸ਼ਾਹ ਛੂਟਲਾ ਜੈਸੇ ਗਾਇ ਕਾ ਬਾਦਸ਼ਾਹ ਛੂਟਲਾ ਧਨ ਚੋਖ ਤਾ ਮਾਖਨ ਕੂਟਲਾ ਨਾਮ ਤੇ ਉਹ ਨਾਰਾਇਣ ਪਾਇਆ ਨਾਮ ਤੇ ਉਹ ਨਾਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਅਲਖ ਲਖਾਇਆ ਜੈਸੇ ਲਿਖੈ ਹਿਰਤ ਪਰ ਨਾਰੀ ਜੈਸੇ ਲਿਖੈ ਹਿਰਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ ਐਸੀ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪਤ ਨਿਰਮਲ ਕਾਮਾ ਜੈਸੇ ਤਾਪ ਤੇ ਨਿਰਮਲ ਕਾਮ ਜੈਸੇ ਰਾਮ ਨਾਮ ਬਿਨ ਬਾਪਰੋ ਨਾਮ ਪ੍ਰੀਤ ਗੋਬਿੰਦ ਮਾਰਵਾੜ ਜਸ ਨੀਰ ਬਾਲਾ ਫਿਰ ਬਾਲਹਾ ਕਰ ਹਲਾ ਜਿਉ ਕੁਰੰਕ ਨਿਸਨਾਦ ਬਾਲਾ ਤਿਉ ਮੇਰੇ ਮਨ ਰਾਮਈਆ ਅੱਜ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਤੇਰਾ ਨਾਮ ਰੂੜੋ ਰੂਪ ਰੂੜੋ ਰਾਮਈਆ ਜਿਉ ਤਰਣੀ ਕੋ ਇੰਦਰ ਬਾਲਹਾ ਜਿਉ ਤਰਣੀ ਕੋ ਇੰਦਰ ਬਾਲਹਾ ਕੁਸਮ ਬਸ ਜਸ ਪਵਰ ਲਾ ਕੁਸਮ ਬਾਸ ਜਸ ਪਵਰ ਲਾ ਜਿਉ ਕੋਕਿਲ ਕੋ ਅੰਬ ਬਾਲਾ ਜਿਉ ਮੇਰੇ ਮਨ ਰਾਮਈਆ ਜਿਉ ਤਰਣੀ ਕੋ ਕੰਤ ਬਾਲਾ ਚਕਵੀ ਕੋ ਜਸ ਸੂਰ ਬਾਲਾ ਮਾਨਸਰੋਵਰ ਹੰਸਲਾ ਜਿਉ ਤਰਣੀ ਕੋ ਕੰਤ ਬਾਲਾ ਜਿਉ ਮੇਰੇ ਮਨ ਰਾਮਈਆ ਬਾਰਕ ਕੋ ਜਸ ਖੀਰ ਬਾਲਾ
ਬਾਲਕ ਕੋ ਜਸ ਕੀਰ ਬਾਲ ਚਾਤ੍ਰਿਕ ਮੁਖ ਜਸ ਜਲ ਤਰਾ ਮਛਲੀ ਕੋ ਜਸ ਨੀਰ ਬਾਲ ਕਿਉਂ ਮੇਰੇ ਮਨ ਰਾਮਿਆ ਕਿਉਂ ਮੇਰੇ ਮਨ ਰਾਮਿਆ ਸਾਧਕ ਸਿੱਧ ਸਗਲ ਮੁਨ ਚਾਹੇ ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਜੀਠਲਾ ਬਿਰਲੇ ਕਾਹੂ ਜੀਠਲਾ ਸਗਲ ਬਾਣ ਤੇਰੂ ਨਾਮ ਬਾਲਾ ਤੇਉ ਨਾਮੇ ਮਨ ਬੀਠਲਾ ਚਿੱਕੜ ਦੂਰ ਕਰ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਨਾਲ ਪਿਆਰੇ ਨੇ ਚਲਾ ਤਾਂ ਭਿੱਜੇ ਕੰਬਲੀ ਚਲਾ ਤਾਂ ਭਿੱਜੇ ਕੰਬਲੀ ਰਾਤ ਟੁੱਟੇ ਨੇ ਜੋ ਸਿੱਜੋ ਕੰਬਲੀ ਜੋ ਸਿੱਜੋ ਕੰਬਲੀ ਅੱਲੋ ਵਸੇ ਮੇਓ ਅੱਲੋ ਵਸੇ ਮੇਓ ਜਾਏ ਮਿਲਾ ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਮੇਰਾ ਟੁੱਟੇ ਨਹੀਂ ਦਾਸ ਇੱਕ ਬੇਨਤੀ ਹਾਰ ਸਿਓ ਕੈਰਵ ਦਾਸ ਇੱਕ ਬੇਨਤੀ ਹਾਰ ਸਿਓ ਬੈਜ ਰਾਖੋ ਰਾਜਾ ਰਾਮ ਮੇਰੀ ਰਾਜਾ ਰਾਮ ਮੇਰੀ ਪੈਜ ਰੱਖੋ ਰਾਜਾ ਰਾਮ ਮੇਰੀ ਗੋਬਿੰਦ ਸਿਓ ਮੈਂ ਲਈ
ਕੱਟੇ ਸਤਸੰਗੀ ਸੱਜਣ ਗੁਰਮੁਖ ਮਾਈ ਭਾਈ ਜਿਤਨੇ ਵੀ ਮੇਰੇ ਵੀਰ ਬਜ਼ੁਰਗ ਅਜ਼ੀਜ਼ ਮਾਤਾਵਾਂ ਭੈਣਾਂ ਪੁੱਤਰੀਆਂ ਸਾਹਿਬਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਾਨਾ ਦਰਬਾਰ 'ਚ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਲਯੁੱਗ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਵਦਗਾਰ ਦੀ ਭਗਤੀ ਵਿੱਚ ਜੁੜ ਬੈਠੇ ਹੋ। ਨਿਰੰਕਾਰ ਪਰਿਪੂਰਨ ਪਰਮਾਤਮਾ ਦੇ ਮਿਲਣ ਦਾ ਸਾਧਨ ਸੁਖੈਨ ਸਰਲ ਅਤੇ ਸੌਖਾ ਤਰੀਕਾ ਜੋ ਗੁਰੂ ਨੇ ਜਿਸ ਵਸਤੂ ਨਾਲ ਸਾਨੂੰ ਜੋੜਿਆ ਹੈ ਉਹ ਹੈ ਕੀਰਤਨ, ਉਹ ਹੈ ਬਾਣੀ, ਜਿਸ ਦੇ ਸਦਕਾ ਅਸਾਂ ਉਸ ਪਰਮਾਤਮਾ ਨੂੰ ਮਿਲਣਾ ਹੈ, ਉਸ ਨਿਰੰਕਾਰ ਨੂੰ ਮਿਲਣਾ ਹੈ। ਕੈਸੇ ਸੁੰਦਰ ਅੱਖਰ ਸੁੰਦਰ ਵਿਚਾਰ ਆਪ ਜੀ ਗੁਰਬਾਣੀ ਦੇ ਰਾਹੀਂ ਸਰਵਣ ਕਰ ਰਹੇ ਸੋ। ਭਗਤਾਂ ਦੀ ਬਾਣੀ, ਗੁਰੂਆਂ ਦੀ ਬਾਣੀ, ਜਿਨ੍ਹਾਂ ਨੇ ਮਿਸਾਲਾਂ ਪ੍ਰਮਾਣ ਦਲੀਲਾਂ ਦੇ ਕੇ ਇਸ ਗੱਲ ਨੂੰ ਸਿੱਧ ਕੀਤਾ ਹੈ, ਉਸ ਵਾਹਿਗੁਰੂ ਨਾਲ ਸਾਡੀ ਪ੍ਰੀਤ ਹੈ। ਸਾਨੂੰ ਸਮਝਾਉਂਦੇ ਹਨ, ਸਾਨੂੰ ਦੱਸਦੇ ਹਨ, ਇਹ ਬੰਦੇ ਇਹ ਇਨਸਾਨ ਉਸ ਪਰਮਾਤਮਾ ਨਾਲ ਪ੍ਰੀਤ ਕਰ, ਉਸ ਪਰਮਾਤਮਾ ਨਾਲ ਪਿਆਰ ਕਰ, ਉਸ ਪਰਮਾਤਮਾ ਤੋਂ ਸਦਕੇ ਜਾ। ਜਿਵੇਂ ਕਿ ਭਗਤ ਰਵਿਦਾਸ ਜੀ ਦਾ ਸ਼ਬਦ ਅਤੇ ਗੁਰਬਾਣੀ 'ਚੋਂ ਕਈ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵੀ ਇੱਕ ਪ੍ਰਮਾਣ ਮੈਂ ਆਪ ਦੇ ਸਾਹਮਣੇ ਰੱਖਿਆ। ਦੁਨਿਆਵੀ ਪ੍ਰੀਤਾਂ ਨੂੰ ਦੱਸਦਿਆਂ ਹੋਇਆਂ ਪਰਮਾਤਮਾ ਨਾਲ ਪ੍ਰੀਤ ਲਾਈ ਹੈ ਕਿ ਲੈਲਾ ਮਜਨੂੰ ਆਸ਼ਕੀ। ਇਹ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਉਹ ਲੈਲਾ ਔਰ ਮਜਨੂੰ ਦਾ ਤੁਸਾਂ ਕਈ ਵਾਰੀ ਜ਼ਿਕਰ ਪੜ੍ਹਿਆ ਹੋਣਾ। ਉਹਨਾਂ ਦਾ ਸੱਚਾ ਪਿਆਰ ਵੇਖ ਕੇ ਭਾਈ ਸਾਹਿਬ ਨੇ ਉਹਨਾਂ ਨੂੰ ਬਾਣੀ ਦੇ ਵਿੱਚ ਅੰਕਿਤ ਕੀਤਾ ਕਿ ਲੈਲਾ ਮਜਨੂੰ ਆਸ਼ਕੀ ਚੌਂ ਚੱਕੀ ਜਾਤੀ, ਸੋਰਠ ਬੀਜਾ ਗਾਵੀਏ ਜਸ ਸੁਗੜਾ ਵਾਤੀ। ਸੋਰਠ ਬੀਜਾ ਵੀ ਹੋਏ ਨੇ ਜਿਨ੍ਹਾਂ ਦਾ ਪਿਆਰ ਹੋਇਆ ਹੈ, ਜਿਵੇਂ ਲੈਲਾ ਮਜਨੂੰ ਹੈ ਇਵੇਂ ਹੀ ਸੋਰਠ ਬੀਜਾ ਹੋਏ। ਸੋਰਠ ਬੀਜਾ ਗਾਵੀਏ ਜਸ ਸੁਗੜਾ ਵਾਤੀ, ਸੱਸੀ ਪੁੰਨੀ ਦੋਸਤੀ। ਸੱਸੀ ਪੁੰਨੂ ਵੀ ਆਪ ਜੀ ਨੇ ਕਿੱਸਾ ਸੁਣਿਆ ਹੋਣਾ। ਸੱਸੀ ਪੁੰਨੂ ਦੋਸਤੀ ਹੋਏ ਜਾਤ ਆਜ਼ਾਦੀ। ਅਗਲੀ ਪੰਕਤੀ 'ਚ ਕਹਿੰਦੇ ਨੇ ਮਈ ਵਾਲ ਨੂੰ ਸੋਹਣੀ, ਮਈ ਵਾਲ 'ਤੇ ਸੋਹਣੀ ਨੇ ਤਰਦੀ ਰਾਤੀ। ਕਹਿੰਦੇ ਨੇ ਰਾਂਝਾ ਹੀਰ ਵਖਾਣੀ ਹੈ ਉਹ ਪਿਰਮ ਪਰਾਤੀ, ਅਤੇ ਇਵੇਂ ਹੀ ਰੱਬ ਦੇ ਪਿਆਰੇ ਪੀਰ ਮੁਰੀਦਾਂ ਪਿਰਹੜੀ ਗਾਵਨ ਪਰਬਾਤੀ। ਉਹ ਅੰਮ੍ਰਿਤ ਵੇਲੇ, ਉਹ ਵਾਹਿਗੁਰੂ ਦੇ ਵੇਲੇ, ਉਹ ਨਿਰੰਕਾਰ ਨੂੰ ਮਿਲਣ ਵਾਸਤੇ ਉਸ ਵਾਹਿਗੁਰੂ ਦਾ ਕੀਰਤਨ ਕਰਦੇ ਨੇ, ਉਸ ਵਾਹਿਗੁਰੂ ਨਾਲ ਪਿਆਰ ਕਰਦੇ ਨੇ, ਉਸ ਬਾਣੀ ਦੇ ਰਾਹੀਂ ਉਸ ਨਿਰੰਕਾਰ ਪਰਿਪੂਰਨ ਪਰਮਾਤਮਾ ਨਾਲ ਪਿਆਰ ਕੀਤੇ ਨੇ। ਜਿਵੇਂ ਕਿ ਦੁਨਿਆਵੀ ਪ੍ਰੀਤ ਹੈ ਇਵੇਂ ਸੱਚੇ ਪਾਤਸ਼ਾਹ ਨਾਲ ਵੀ ਪ੍ਰੀਤ ਬਣਦੀ ਹੈ। ਪਰ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨਾਲ ਪ੍ਰੀਤ ਹੈ, ਉਹ ਚੰਗੇ ਹਨ, ਉਹ ਸਵਾਏਮਾਨ ਹਨ, ਉਹ ਨੇਕ ਹਨ। ਉਹਨਾਂ ਦੀ ਉਸਤਤ, ਉਹਨਾਂ ਦੀ ਸ਼ੋਭਾ ਮੈਂ ਨਹੀਂ ਕਰ ਸਕਦਾ ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤੀ ਹੈ। ਇਸ ਕਰਕੇ ਤੁਸੀਂ ਵੀ ਆਇਓ ਗੁਰੂ ਨਾਲ ਪ੍ਰੀਤ ਕਰਨ, ਗੁਰੂ ਦਾ ਪਿਆਰ ਲੈਣ, ਹਾਜ਼ਰੀਆਂ ਲਵਾਉਣ ਵਾਸਤੇ, ਸਮੇਂ ਨੂੰ ਸਫਲ ਕਰਨ ਵਾਸਤੇ। ਕੁਝ ਮਿੰਟ ਸਿਫਤ ਕਰਦਿਆਂ ਹੋਇਆਂ, ਕੁਝ ਮਿੰਟ ਵਡਿਆਈ ਕਰਦਿਆਂ ਹੋਇਆਂ, ਇੱਕ ਵਾਰੀ ਆਪਣੀਆਂ ਰਸਨਾਂ ਨੂੰ ਪਵਿੱਤਰ ਕਰੋ ਅਤੇ ਪਿਆਰ ਨਾਲ ਆਖੋ ਸਤਨਾਮ। ਬਸ ਇਹੀ ਲਾਹਾ ਜੇ, ਬਸ ਇਹੀ ਖੱਟੀ ਜੇ ਬਾਣੀ ਤੁਸੀਂ ਪੜ੍ਹ ਲਓ। ਜਿੱਥੋਂ ਤੋਂ ਮਰਜ਼ੀ ਤੁਸੀਂ ਇਸ ਬਾਣੀ ਨੂੰ ਵਿਚਾਰ ਕਰ ਲਓ, ਤੁਹਾਨੂੰ ਇਹੀ ਗੱਲ ਸਾਹਮਣੇ ਆਏਗੀ। ਸਿਮਰਨ, ਭਗਤੀ, ਚਿੰਤਨ, ਵਾਹਿਗੁਰੂ ਦੀ ਇਬਾਦਤ, ਇਸ ਤੋਂ ਇਲਾਵਾ ਹੋਰ ਕੋਈ ਜ਼ਿਕਰ ਨਹੀਂ। ਕਿਸੇ ਤਰੀਕੇ ਨਾਲ ਸਮਝਾਇਆ ਹੈ,
ਕਿਸੇ ਢੰਗ ਨਾਲ ਸਮਝਾਇਆ, ਪਰ ਉਹਦਾ ਐਂਡ ਸਿਮਰਨ ਹੀ ਆਉਂਦਾ। ਗੁਰਸਿੱਖ ਨੂੰ ਇੱਕ ਦਾਤ ਮਿਲੀ ਹੋਈ ਹੈ, ਗੁਰਸਿੱਖ ਨੂੰ ਇੱਕ ਵਕਤ ਮਿਲਿਆ ਹੈ ਕਿ ਤੂੰ ਇਸ ਵੇਲੇ ਸਿਮਰਨ ਕਰਨਾ ਹੈ, ਇਸ ਵੇਲੇ ਭਗਤ ਦੀ ਭਗਤੀ ਕਰਨੀ ਹੈ, ਇਸ ਵੇਲੇ ਪਰਮਾਤਮਾ ਦਾ ਨਾਮ ਜਪਣਾ ਹੈ, ਇਸ ਵੇਲੇ ਤੂੰ ਪਰਮਾਤਮਾ ਨਾਲ ਪ੍ਰੀਤੀ ਕਰਨੀ ਹੈ। ਅਤੇ ਜਿਹਨਾਂ ਨੂੰ ਰੋਜ਼ ਨਾਮਚਾ ਸਮਾਂ ਮਿਲਦਾ ਉਹ ਤਾਂ ਤੁਹਾਨੂੰ ਆਪਾਂ ਨਿਸ਼ਾਵਰ ਕਰ ਦਿੰਦੇ, ਆਪਣਾ ਆਪ ਵਾਰ ਦਿੰਦੇ। ਅੰਮ੍ਰਿਤ ਵੇਲੇ ਦਾ ਸਮਾਂ, ਸੁਭਾਅ ਪਰਮਾਤਮਾ ਦਾ ਵੇਲਾ, ਸੁਖਮਨੀ ਦੀਆਂ ਆਵਾਜ਼ਾਂ, ਸੁਖਮਨੀ ਦੀਆਂ ਪੰਕਤੀਆਂ ਚੱਲ ਰਹੀਆਂ ਬੜੇ ਰੰਗ ਵਿੱਚ। ਪੀਰ ਜੀ, ਸਾਈਂ ਜੀ, ਫਕੀਰ ਜੀ ਸੁਖਮਨੀ ਨਾਲ ਜੁੜੇ ਹੋਏ, ਅਤੇ ਇਹਨਾਂ ਦਾ ਪਰਿਵਾਰ ਜਿਹਦਾ ਇਤਿਹਾਸ 'ਚ ਨਾਮ ਆਇਆ ਨਸੀਰਾ ਬੇਗਮ, ਮੁਸਲਮਾਨ ਦੀ ਗੱਲ ਕਰ ਰਹੇ ਹਾਂ। ਅਸੀਂ ਛਾਤੀ 'ਤੇ ਹੱਥ ਮਾਰਨੇ ਹਾਂ, ਅਸੀਂ ਫਖਰ ਕਰਨੇ ਹਾਂ ਕਿ ਮੈਂ ਸਿੱਖ ਹਾਂ, ਮੇਰੇ ਵਰਗਾ ਸਿੱਖ ਹੋ ਹੀ ਨਹੀਂ ਸਕਦਾ। ਇਹ ਮੁਸਲਮਾਨ, ਇਹ ਸਾਈਂ, ਇਹ ਫਕੀਰ, ਇਹਦਾ ਇਤਿਹਾਸ 'ਚ ਨਾਮ ਆਇਆ ਪੀਰ ਬੁੱਧੂ ਸ਼ਾਹ, ਸੁਖਮਨੀ ਨਾਲ ਪਿਆਰ ਕਰਨ ਵਾਲਾ। ਇੱਕ ਮੁਸਲਮਾਨ ਹੋਵੇ ਤਾਂ ਸੁਖਮਨੀ ਦੀ ਦਾਤ, ਇੱਕ ਮੁਸਲਮਾਨ ਹੋਵੇ ਤਾਂ ਗੁਰੂ ਚਰਨਾਂ ਨਾਲ ਪਿਆਰ। ਪਰ ਇੱਕ ਉਹ ਹੀ ਪਿਆਰ ਕਰ ਸਕਦੇ ਨੇ ਜਿਨ੍ਹਾਂ ਨੇ ਕਲਗੀ ਵਾਲੇ ਨੂੰ ਪਰਖਿਆ, ਜਿਨ੍ਹਾਂ ਨੇ ਕਲਗੀ ਵਾਲੇ ਨੂੰ ਤੱਕਿਆ, ਜਿਨ੍ਹਾਂ ਨੇ ਇਹ ਤੱਕ ਲਿਆ ਕਿ ਕਲਗੀ ਵਾਲੇ ਤਾਂ ਪਰਮਾਤਮਾ 'ਚ ਭੇਜਦੇ ਨਹੀਂ। ਪਤ ਮੇਰੇ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰੈ, ਮੋਕੋ ਦਾਸ ਤਮਨ ਕਾ ਜਾਨੋ, ਯਾਮੇ ਭੇਦ ਨਾ ਰੰਤ ਪਛਾਣੋ। ਪਰ ਪਛਾਣ ਵਾਲਿਆਂ ਨੇ ਪਛਾਣ ਲਿਆ, ਇਹ ਤਾਂ ਕਲਗੀ ਵਾਲੇ ਦੀ ਨਿਮਰਤਾ ਸੀ ਨਾ, ਇਹ ਤਾਂ ਕਲਗੀ ਵਾਲੇ ਦਾ ਆਪਣਾ ਪਿਆਰ ਸੀ ਨਾ, ਜਿਨ੍ਹਾਂ ਨੇ ਆਖਿਆ ਕਿ ਮੇਰਾ ਨਾਮ ਨਾ ਜਪੋ, ਪਰਮਾਤਮਾ ਨੂੰ ਜਪੋ, ਵਾਹਿਗੁਰੂ ਨੂੰ ਜਪੋ, ਮੈਨੂੰ ਪਰਮਾਤਮਾ ਨੇ ਭੇਜਿਆ, ਮੈਨੂੰ ਨਿਰੰਕਾਰ ਨੇ ਭੇਜਿਆ। ਪਰ ਅੱਖਾਂ ਵਾਲਿਆਂ ਨੂੰ, ਜਿਹਨਾਂ ਨੂੰ ਜੋਤ ਮਿਲ ਗਈ, ਜਿਹਨਾਂ ਨੂੰ ਨੇਤਰ ਮਿਲ ਗਏ, ਜਿਹਨਾਂ ਨੂੰ ਦ੍ਰਿਸ਼ਟੀ ਮਿਲ ਗਈ, ਉਹਨਾਂ ਕਲਗੀ ਵਾਲੇ ਉੱਤੇ ਯਕੀਨ ਲੈ ਆਉਂਦਾ, ਉਹਨਾਂ ਕਲਗੀ ਵਾਲੇ ਨਾਲ ਪ੍ਰੀਤੀ ਕੀਤੀ, ਮੁਸਲਮਾਨ ਹੋਣ ਦੇ ਨਾਤੇ। ਫਿਰ ਇੱਕ ਹੋਰ ਗੱਲ ਖਾਸ, ਉਹ ਕੀ, ਆਮ ਮੁਸਲਮਾਨ ਨਹੀਂ, ਸੱਯਦ ਮੁਸਲਮਾਨ। ਜਾਣਦੇ ਹੋ ਸੱਯਦ ਕਿਹਨੂੰ ਕਹਿੰਦੇ ਨੇ? ਸੱਯਦ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਕਿ ਮੁਹੰਮਦ ਸਾਹਿਬ ਦੇ ਪੈਰੋਕਾਰ, ਮੁਹੰਮਦ ਸਾਹਿਬ ਦੀ ਔਲਾਦ ਵਿੱਚ ਹੋਣ। ਜਿਵੇਂ ਕਿ ਸਾਡੇ ਵਿੱਚ ਬੇਦੀ, ਤ੍ਰੇਣ, ਸੋਢੀ, ਭੱਲੇ ਇਹ ਉੱਚੀਆਂ ਕੁਲਾਂ 'ਚੋਂ ਹੋਏ ਨੇ, ਗੁਰੂਆਂ ਦੀਆਂ ਕੁਲਾਂ 'ਚੋਂ ਹੋਏ, ਇਵੇਂ ਜਿਹੜੇ ਸੱਯਦ ਮੁਸਲਮਾਨ ਸਨ ਉਹ ਮੁਹੰਮਦ ਸਾਹਿਬ ਦੀ ਉਮਤ ਵਿੱਚੋਂ ਚਲੇ ਆ ਰਹੇ ਸਨ। ਮੁਸਲਮਾਨ ਉਹਨਾਂ ਨੂੰ ਪੂਜਦੇ ਸਨ, ਮੁਸਲਮਾਨ ਉਹਨਾਂ ਵੱਡੇ ਮੁਸਲਮਾਨਾਂ ਨੂੰ ਮੱਥੇ ਟੇਕਦੇ ਸਨ। ਪਰ ਉਹ ਮੁਸਲਮਾਨ ਜਿਹਦਾ ਮੈਂ ਜ਼ਿਕਰ ਕਰ ਰਿਹਾ, ਪੀਰ ਬੁੱਧੂ ਸ਼ਾਹ, ਇਹ ਕਲਗੀ ਵਾਲੇ ਨਾਲ ਪਿਆਰ ਕਰਦਾ ਹੈ, ਇਹ ਕਲਗੀ ਵਾਲੇ ਤੋਂ ਸਦਕੇ ਜਾਂਦਾ ਹੈ। ਇਹਨੂੰ ਸੁਖਮਨੀ ਕਿੱਥੋਂ ਮਿਲੀ? ਘੁੱਲੂ ਸ਼ਾਹ ਮੁਸਲਮਾਨ ਕੋਲੋਂ, ਘੁੱਲੂ ਸ਼ਾਹ ਫਕੀਰ ਕੋਲੋਂ। ਘੁੱਲੂ ਸ਼ਾਹ ਨੂੰ ਸੁਖਮਨੀ ਕਿੱਥੋਂ ਮਿਲੀ? ਸਾਈਂ ਮੀਆਂ ਮੀਰ ਮੁਸਲਮਾਨ ਤੋਂ, ਜਿਹੜਾ ਗੁਰੂ ਅਰਜਨ ਦਾ ਪਿਆਰਾ ਸੀ। ਇਹ ਸੀਨੇ ਬਸੀਨੇ ਤੁਰੀ ਆ ਰਹੀ ਸੁਖਮਨੀ, ਸਾਈਂ ਪੜ੍ਹਦਾ, ਸਾਈਂ ਗਾਉਂਦਾ, ਇਕਾਗਰਤਾ। ਅੰਮ੍ਰਿਤ ਵੇਲੇ ਸੁਖਮਨੀ ਪੜ੍ਹਦੇ ਹਾਂ, ਘਰਵਾਲੀ ਕੋਲ ਬੈਠੀ ਹੈ ਨਸੀਰਾ ਬੇਗਮ। ਇਸ ਨਸੀਰਾ ਬੇਗਮ ਨੇ ਤਾਨਾ ਮਾਰਿਆ ਸੀ ਆਪਣੇ ਭਰਾ ਨੂੰ। ਨਸੀਰਾ ਬੇਗਮ ਦਾ ਭਰਾ ਸੀ ਸੈਦ ਖਾਂ, ਜਿਹੜਾ ਸੈਦ ਖਾਂ ਔਰੰਗਜ਼ੇਬ ਦੇ ਦਰਬਾਰ 'ਚੋਂ ਬੀੜਾ ਚੁੱਕ ਕੇ ਆਇਆ ਸੀ, ਮੈਂ ਕਲਗੀ ਵਾਲੇ ਨੂੰ ਮੁਕਾ ਦਿਆਂਗਾ, ਮੈਂ ਕਲਗੀ ਵਾਲੇ ਨੂੰ ਖਤਮ ਕਰ ਦਿਆਂਗਾ, ਮੈਂ ਕਲਗੀ ਵਾਲੇ ਨੂੰ ਗ੍ਰਿਫਤਾਰ ਕਰ ਲਾਂਗਾ। 10 ਲੱਖ ਫੌਜ ਲੈ ਕੇ ਆਇਆ, ਅਤੇ ਜਦੋਂ ਸੰਡੋਰੇ ਤੋਂ ਆਪਣੀ ਭੈਣ ਕੋਲ ਆਇਆ ਨਾ, ਅਤੇ ਭੈਣ ਦੀਆਂ ਅਸੀਸਾਂ ਲੈ ਜਾਵਾਂ, ਭੈਣ ਦਾ ਪਿਆਰ ਲੈ ਜਾਵਾਂ, ਮੈਂ ਕਲਗੀ ਵਾਲੇ 'ਤੇ ਚੜ੍ਹਾਈ ਕਰਕੇ ਜਾ ਰਿਹਾ। ਅਤੇ ਨਸੀਰਾ ਬੇਗਮ ਨੇ ਆਖਿਆ ਸੀ, ਵੀਰਾ ਕਲਗੀ ਵਾਲੇ 'ਤੇ ਚੜ੍ਹ ਕੇ ਨਾ ਜਾਈ, ਕਲਗੀ ਵਾਲੇ 'ਤੇ ਨਾ ਜਾਈ, ਉੱਧਰ ਨਾ ਮੂੰਹ ਕਰੀ, ਮੂੰਹ ਦੇਖਾਏਗਾ।
ਐਸੀ ਮਾਰ ਖਾਏਗਾ ਮੁੜ ਕੇ ਉੱਠ ਨਹੀਂ ਸਕੇਗਾ, ਇਹ ਮੈਂ ਤੁਹਾਨੂੰ ਸਾਫ਼ ਕਹਿਣਾ। ਪਰ ਸੈਦ ਖਾਨ ਨਹੀਂ ਸੀ ਮੰਨਿਆ। ਪਰ ਸੈਦ ਖਾਨ ਨੇ ਜਦੋਂ ਕਲਗੀ ਵਾਲੇ ਪਾਤਸ਼ਾਹ 'ਤੇ ਚੜ੍ਹਾਈ ਕੀਤੀ ਮੈਦਾਨੇ ਜੰਗ ਵਿੱਚ, ਉਸ ਵੇਲੇ ਕਲਗੀ ਵਾਲੇ ਦੇ ਜੋਹਰ ਤੱਕ ਕੇ, ਉਸ ਵੇਲੇ ਕਲਗੀ ਵਾਲੇ ਦੀ ਸ਼ਕਤੀ ਤੱਕ ਕੇ, ਅਤੇ ਸੈਦ ਖਾਨ ਨੇ ਜੰਗ ਦੇ ਵਿੱਚ ਹੀ ਕਹਿ ਦਿੱਤਾ ਸੀ, ਜੇ ਤੂੰ ਅੰਤਰਜਾਮੀ ਹੈ, ਮੇਰੇ ਭਣੁਜੇ ਨੂੰ ਤੂੰ ਆਪਣੇ ਜਾਦੂ 'ਚ ਫਸਾਇਆ ਹੋਇਆ, ਮੇਰੀ ਭੈਣ ਨੂੰ ਤੂੰ ਆਪਣੇ ਕਬਜ਼ੇ 'ਚ ਕੀਤਾ ਹੋਇਆ, ਜੇ ਤੂੰ ਸੱਚੀ ਮੁੱਚੀ ਗੁਰੂ ਹੈ ਤਾਂ ਮੈਦਾਨੇ ਜੰਗ 'ਚ ਇਹਨਾਂ ਬੰਦਿਆਂ ਨੂੰ ਮਾਰਨ ਦੀ ਲੋੜ ਨਹੀਂ, ਇਹਨਾਂ ਮਨੁੱਖਾਂ ਨੂੰ ਟਕਰਾਉਣ ਦੀ ਲੋੜ ਨਹੀਂ। ਇਹ ਕਲਗੀ ਵਾਲੇ ਪਾਤਸ਼ਾਹ ਮੇਰੀ ਭੈਣ ਕਹਿੰਦੀ ਹੈ, ਉਹ ਅੰਤਰਜਾਮੀ ਹੈ, ਉਹ ਪਤਤ ਪਾਵਨ ਹੈ, ਮੈਂ ਆਪਣੀ ਭੈਣ ਕੋਲੋਂ ਸੁਣ ਕੇ ਆਇਆ, ਅਤੇ ਜੇ ਤੂੰ ਮੇਰੇ ਨਾਲ ਦੋ ਹੱਥ ਕਰਨੇ ਨੇ ਇਸ ਮੈਦਾਨ 'ਚ ਸਾਹਮਣੇ ਆ ਜਾ। ਮੇਰੇ ਕਲਗੀ ਵਾਲੇ ਪਾਤਸ਼ਾਹ ਫੌਜਾਂ ਨੂੰ ਚੀਰਦੇ ਹੋਏ ਸੈਦ ਖਾਨ ਕੋਲ ਆ ਗਏ, ਅਤੇ ਸੈਦ ਖਾਨ ਦੇ ਸਾਹਮਣੇ ਜਦੋਂ ਪਹੁੰਚੇ ਤਾਂ ਸੈਦ ਖਾਨ ਦੇਖ ਕੇ ਹੈਰਾਨ ਹੋ ਗਿਆ, ਅਤੇ ਸੈਦ ਖਾਨ ਨੇ ਐਸਾ ਦਰਸ਼ਨ ਕੀਤਾ, ਐਸਾ ਦੀਦਾਰ ਕੀਤਾ, ਹੱਥੋਂ ਤਲਵਾਰ ਡਿੱਗ ਪਈ ਅਤੇ ਘੋੜੇ ਤੋਂ ਉਤਰ ਕੇ ਕਲਗੀ ਵਾਲੇ ਪਾਤਸ਼ਾਹ ਦੇ ਕਦਮਾਂ 'ਤੇ ਟੈ ਪਿਆ। ਆਇਆ ਸੀ ਮਾਰਨ, ਆਪ ਹੀ ਮਰ ਗਿਆ। ਆਪ ਆਇਆ ਸੀ ਕਲਗੀ ਵਾਲੇ 'ਤੇ ਵਾਰ ਕਰਨ, ਹੱਥ ਬਾਹ ਸਭ ਕੁਝ ਪੈਰ ਹੀ ਟੁੱਟ ਗਏ। ਐਸਾ ਕਲਗੀ ਵਾਲੇ ਦੀ ਕਸ਼ਿਸ਼ ਪਈ, ਐਸਾ ਕਲਗੀ ਵਾਲੇ ਪਾਤਸ਼ਾਹ ਨੇ ਮੋਇਆ, ਐਸਾ ਨੈਣਾ ਦਾ ਵਾਰ ਕੀਤਾ, ਸੈਦ ਖਾਨ ਨੂੰ ਘਾਇਲ ਕਰਕੇ ਧਰਤੀ 'ਤੇ ਸੁੱਟ ਦਿੱਤਾ। ਇੱਕ ਵਾਰੀ ਬੋਲੋ ਸਤਨਾਮ, ਸਾਰੇ ਆਖੋ ਸਤਨਾਮ। ਗੱਲ ਸਮਾਪਤ ਕਰਦੇ ਹਾਂ। ਸੈਦ ਖਾਨ ਦਾ ਜ਼ਿਕਰ ਬਹੁਤ ਵੱਡਾ, ਇਤਿਹਾਸਿਕ ਜ਼ਿਕਰ ਹੈ, ਲੜਾਈ ਦਾ ਜ਼ਿਕਰ ਹੈ, ਮੈਦਾਨੀ ਜੰਗ ਦਾ ਜ਼ਿਕਰ ਹੈ। ਮੈਂ ਗੱਲ ਕਰ ਰਿਹਾ ਪੀਰ ਜੀ ਸੁਖਮਨੀ ਪੜ੍ਹਦੇ ਹਾਂ, ਘਰ ਵਾਲੀ ਕੋਲ ਬੈਠੀ ਨਸੀਰਾ ਬੇਗਮ, ਜਿਸ ਨਸੀਰਾ ਬੇਗਮ ਨੂੰ ਵੀ ਗਿਆਨ ਹੈ ਆਪਣੇ ਪਤੀ ਦੇ ਕਰਕੇ, ਆਪਣੇ ਪਤੀ ਦੇ ਸਦਕਾ ਕਿ ਕਲਗੀ ਵਾਲੇ ਨਾਲ ਪਿਆਰ ਕਰਦਾ। ਕਲਗੀ ਵਾਲਾ ਸੁਲਾ ਕੁਲ ਗੁਰੂ ਹੈ, ਕਲਗੀ ਵਾਲਾ ਹਿੰਦੂਆਂ ਨਾਲ ਪਿਆਰ ਕਰਦਾ, ਕਲਗੀ ਵਾਲਾ ਮੁਸਲਮਾਨਾਂ ਨਾਲ ਪਿਆਰ ਕਰਦਾ, ਕਲਗੀ ਵਾਲੇ ਨੇ ਕਿਸੇ ਨਾਲ ਵੈਰ ਨਹੀਂ ਕੀਤਾ। ਹਾਂ, ਕਲਗੀ ਵਾਲਾ ਕਿਸੇ 'ਤੇ ਚੜ੍ਹਾਈ ਕਰਕੇ ਨਹੀਂ ਗਿਆ, ਕੋਈ ਰਾਜ ਸੱਤਾ ਨਹੀਂ ਲਈ। ਜਿਹੜਾ ਕਲਗੀ ਵਾਲੇ 'ਤੇ ਚੜ੍ਹ ਕੇ ਆਇਆ ਅਤੇ ਕਲਗੀ ਵਾਲੇ ਪਾਤਸ਼ਾਹ ਨੇ ਢਾਲ ਦੇ ਕੇ ਉਹਦਾ ਮੁਕਾਬਲਾ ਕੀਤਾ, ਕਿਸੇ 'ਤੇ ਨਹੀਂ ਕੀਤੇ, ਅਤੇ ਕਲਗੀ ਵਾਲੇ ਪਾਤਸ਼ਾਹ ਦੇ ਪਿਆਰ 'ਚ ਬੈਠੇ ਹੋਏ, ਬੂਹਾ ਖੜਕਿਆ, ਕੁੰਡਾ ਖੜਕਿਆ, ਅਤੇ ਸਾਈਂ ਜੀ ਆਪ ਉੱਠੇ। ਆਪ ਉੱਠ ਕੇ ਦਰਵਾਜ਼ਾ ਖੋਲ੍ਹਿਆ ਅਤੇ ਕੀ ਤੱਕਿਆ? ਸੇਵਾਦਾਰ। ਕੀ ਤੱਕਿਆ? ਮੁਰੀਦ, ਚੇਲਾ, ਇਉਂ ਮਾਨੋ ਸਿਪਾਹੀ। ਪੀਰ ਜੀ ਕੋਲ ਬੜੀ ਫੌਜ ਸੀ, ਪੀਰ ਜੀ ਨੇ 700 ਆਪਣੇ ਮੁਰੀਦ ਫੌਜੀ ਅਤੇ ਆਪਣੇ ਸਾਲੇ ਅਤੇ ਆਪਣੇ ਪੁੱਤਰ ਕਲਗੀ ਵਾਲੇ ਪਾਤਸ਼ਾਹ ਨੂੰ ਭੇਟ ਕੀਤੇ ਸਨ। ਇਹ ਬਾਬਾ ਜੀ, ਜੇ ਤੁਸੀਂ ਮੈਦਾਨੇ ਜੰਗ ਲੜਨਾ ਹੈ, ਆਹ ਮੇਰੇ ਪੁੱਤਰਾਂ ਕੋਲ ਵੀ ਕੰਮ ਲਓ, ਮੇਰੇ ਭੁਣਜਿਆਂ ਕੋਲੋਂ, ਮੇਰੇ ਸਾਲਿਆਂ ਕੋਲੋਂ ਕੰਮ ਲਓ, ਅਤੇ ਇਹਨਾਂ ਮੇਰੇ ਮੁਰੀਦਾਂ ਕੋਲੋਂ ਵੀ ਕੰਮ ਲਓ। ਜਦੋਂ ਕਲਗੀ ਵਾਲੇ ਪਾਤਸ਼ਾਹ ਨੇ ਭੰਗਾਣੀ ਯੁੱਧ ਲੜਿਆ, ਉਹਦੇ 'ਚ ਪੀਰ ਦਾ ਪਰਿਵਾਰ ਵੀ ਸ਼ਾਮਿਲ ਸੀ। ਇੱਕ ਵਾਰੀ ਬੋਲੋ ਸਾਧਨਾ। ਉਹ ਸਿਪਾਹੀ, ਉਹ ਮੁਰੀਦ ਚੇਲਾ ਆਇਆ ਅਤੇ ਪੀਰ ਜੀ ਨੇ ਆਖਿਆ, ਸਿਪਾਹੀ ਠੀਕ ਠਾਕ ਆਏ? ਜਿੱਥੇ ਕੰਮ ਭੇਜਿਆ ਸੀ ਉਹ ਕੰਮ ਕਰ ਰਹੇ? ਹਾਂ ਪੀਰ ਜੀ, ਜਿੱਥੇ ਤੁਸੀਂ ਭੇਜਿਆ ਸੀ ਉਹ ਮੈਂ ਖਬਰ ਲੈ ਆਇਆ। ਅਤੇ ਪੀਰ ਪਤਾ ਕੀ ਆਖਦਾ? ਆਖਣਗੇ, ਹੋਰ ਕੋਈ ਖਬਰ ਨਾ ਸੁਣਾਈ, ਹੋਰ ਕੋਈ ਗੱਲ ਮੇਰੇ ਕੰਨੀ ਨਾ ਪਾਈ, ਪਹਿਲੇ ਮੈਨੂੰ ਇਹ ਸੁਣਾ ਮੇਰੇ ਮੁਰਸ਼ਦ ਦਾ ਕੀ ਹਾਲ ਹੈ, ਗੁਰੂ ਗੋਬਿੰਦ ਸਿੰਘ ਦਾ, ਪਹਿਲੇ ਇਹ ਸੁਣਾ ਮੇਰੇ ਕਿਬਲਾ ਦਾ ਕੀ ਹਾਲ ਹੈ, ਪਹਿਲੇ ਮੈਨੂੰ ਇਹ ਦੱਸ ਉਹ ਜਿਹਦੀ ਮੈਂ ਪੂਜਾ ਕਰਨਾ, ਜਿਹਦੇ ਮੈਂ ਸਜਦੇ ਕਰਨਾ, ਜਿਹਨੂੰ ਮੈਂ ਨਮਸਕਾਰਾਂ ਕਰਨਾ, ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕੀ ਹਾਲ ਹੈ। ਮੈਂ ਉਹਨਾਂ ਨੂੰ ਭੇਟ ਕੀਤਾ ਹੋਇਆ, ਆਪਣਾ ਆਪ ਨਿਛਾਵਰ ਕੀਤਾ ਹੋਇਆ। ਪੀਰ ਜੀ ਦੀ ਗੱਲ ਸੁਣ ਕੇ ਮੁਰੀਦ ਸਿਪਾਹੀ ਆਖਣਗਾ, ਪੀਰ ਜੀ ਬਿਲਕੁਲ ਠੀਕ ਠਾਕ ਹੈ, ਮੈਂ ਬਹੁਤ ਚੜ੍ਹਦੀਆਂ ਕਲਾਂ 'ਚ। ਆਖਣਗੇ, ਹੋਰ ਖਬਰ? ਮਹਾਰਾਜ ਬੜੀ ਸੋਹਣੀ ਖਬਰ ਲਿਆਇਆ। ਪੀਰ ਜੀ ਜੇ ਖਬਰ ਸੁਣੋਗੇ ਤੇ ਖੁਸ਼ੀ ਨਾਲ ਨੱਚ ਉੱਠੋਗੇ। ਆਖਣਗੇ, ਐਸੀ ਖਬਰ?
ਆਖਣਗੇ ਹਾਂ ਮਹਾਰਾਜ ਬੜੀ ਸੋਹਣੀ ਖਬਰ ਲਿਆਇਆ, ਤੁਸਾਂ ਭੇਜਿਆ ਨਾ, ਤੁਹਾਡੀ ਖਬਰ ਲੈ ਕੇ ਆਇਆ। ਆਖਣਗੇ ਦੱਸ ਫਿਰ ਕੀ ਖਬਰ? ਆਖਣਗੇ ਪੀਰ ਜੀ, ਅੱਜ 13 ਦਿਨ ਦੀ ਲੜਾਈ ਤੋਂ ਬਾਅਦ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਪੰਗਾਣੀ ਦਾ ਮੈਦਾਨ ਜਿੱਤ ਲਿਆ, ਤੁਹਾਡੇ ਗੁਰੂ ਦੀ ਜਿੱਤ ਹੋ ਗਈ, ਤੁਹਾਡੇ ਮੁਰਸ਼ਦ ਦੀ ਜਿੱਤ ਹੋ ਗਈ। ਹੋਏ 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 ਹੋਏ, ਪੀਰ ਤੇ ਖੁਸ਼ੀ ਨਾਲ ਨੱਚ ਉੱਠਿਆ, ਪੀਰ ਦੇ ਅੰਦਰ ਖੇੜਾ ਆ ਗਿਆ, ਪੀਰ ਦੇ ਅੰਦਰ ਜੋ ਜਲਾਲ ਆ ਗਿਆ, ਮੇਰਾ ਪਾਤਸ਼ਾਹ ਜਿੱਤ ਗਿਆ। ਆਖਣਗੇ ਪੀਰ ਜੀ, ਨਾਲ ਇੱਕ ਹੋਰ ਖੁਸ਼ੀ ਦੀ ਖਬਰ। ਆਖਣਗੇ ਉਹ ਕਿਹੜੀ ਖਬਰ? ਆਖਣਗੇ 13 ਦਿਨ ਦੀ ਲੜਾਈ ਤੋਂ ਬਾਅਦ ਇਧਰ ਕਲਗੀ ਵਾਲੇ ਪਾਤਸ਼ਾਹ ਦਾ ਮੈਦਾਨੇ ਜੰਗ ਦਾ ਜਿੱਤਣਾ, ਉਧਰੋਂ ਮਹਿਲਾਂ ਦੇ ਵਿੱਚੋਂ ਖਬਰ ਆਈ ਕਿ 13 ਦਿਨ ਦੀ ਲੜਾਈ ਤੋਂ ਬਾਅਦ ਇਸ ਘਰ ਵਿੱਚ ਵਾਹਿਗੁਰੂ ਅਕਾਲ ਪੁਰਖ ਨੇ ਪਹਿਲੇ ਪੁੱਤਰ ਦੀ ਦਾਤ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਉਸ ਜੰਗ ਦੇ ਜਿੱਤਣ ਦੀ ਖੁਸ਼ੀ ਵਿੱਚ ਉਸ ਬੱਚੇ ਦਾ ਨਾਮ ਵੀ ਰੱਖਿਆ ਗਿਆ ਹੈ ਅਜੀਤ ਸਿੰਘ। ਮੈਂ ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋ ਹਾਰ ਕਰ ਵਾਪਸ ਨਹੀਂ ਆਊਂਗਾ। ਉਹ ਅਜੀਤ ਸਿੰਘ ਦਾ ਜਨਮ ਹੋਇਆ। ਜਦੋਂ ਪੁੱਤਰ ਦੀ ਖਬਰ ਸੁਣੀ ਨਾ, ਮੇਰੇ ਮਿਰਸ਼ਦ ਦੇ ਘਰ ਪੁੱਤਰ ਹੋਇਆ, ਸਾਈਂ ਹੋਰ ਪਿਆਰ 'ਚ ਆਇਆ, ਸਾਈਂ ਦੇ ਅੰਦਰ ਹੋਰ ਭਾਵਨਾ ਆਈ, ਬੜੇ ਪਿਆਰ ਕੀਤਾ ਮੁਰੀਦ ਨਾਲ, ਮੁਰੀਦ ਨੂੰ ਅਸੀਸਾਂ ਦਿੱਤੀਆਂ, ਦਿਲਾਸੇ ਦਿੱਤੇ, ਇਤਨਾ ਸਫ਼ਰ ਕਰਕੇ ਆਇਆ ਸੀ, ਅਤੇ ਚੁੱਪ ਹੋ ਗਏ। ਅਤੇ ਅੱਗੋਂ ਮੁਰੀਦ ਫਿਰ ਬੋਲਿਆ, ਪੀਰ ਜੀ ਹੋਰ ਕੁਛ ਨਹੀਂ ਜੇ ਸੁਣਨਾ? ਆਖਣਗੇ ਹੋਰ ਕੀ ਸੁਣਾਉਣਾ ਚਾਹੁੰਦਾ? ਆਖਣ ਲੱਗੇ ਆਪਣੇ ਪੁੱਤਰਾਂ ਦੀ ਕੋਈ ਖਬਰ ਨਹੀਂ ਲੈਣੀ, ਆਪਣੇ ਪੁੱਤਰਾਂ ਦਾ ਪਤਾ ਨਹੀਂ ਕਰਨਾ? ਆਖਣਗੇ ਮੁਰੀਦ ਸਿਪਾਹੀ ਉਹਨਾਂ ਦਾ ਕੀ ਪੁੱਛਣਾ, ਉਹ ਤਾਂ ਮੈਂ ਕਲਗੀ ਵਾਲੇ ਨੂੰ ਮੱਥਾ ਹੀ ਟੇਕ ਦਿੱਤੇ, ਉਹ ਤਾਂ ਮੈਂ ਕਲਗੀ ਵਾਲੇ ਨੂੰ ਅਰਪਣ ਹੀ ਕਰ ਦਿੱਤੇ, ਅਤੇ ਉਹਨਾਂ ਦੀ ਕੀ ਗੱਲ ਕਰਨੀ? ਵੇਖਿਓ ਪਿਆਰ, ਵੇਖਿਓ ਪ੍ਰੀਤ, ਵੇਖਿਓ ਤੁਸੀਂ ਵੀ, ਵੇਖਿਓ ਗੁਰੂ ਨਾਲ ਕਿਤਨੀ ਪ੍ਰੀਤੀ ਕਰਨੇ ਆ, ਆਪਣੇ ਅੰਦਰ ਝਾਤੀ ਮਾਰਿਓ। ਅਤੇ ਸਾਈਂ ਮੁਸਲਮਾਨ ਫਕੀਰ ਨੂੰ ਵੀ ਤੱਕਿਓ, ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਉਹ ਮੁਰੀਦ ਉਹ ਸਿਪਾਹੀ ਉਹਨਾਂ ਦੀ ਕੀ ਗੱਲ ਕਰਨੀ ਹੈ, ਉਹ ਤਾਂ ਮੈਂ ਕਲਗੀ ਵਾਲੇ ਨੂੰ ਮੱਥਾ ਟੇਕ ਆਇਆ, ਉਹ ਤਾਂ ਮੈਂ ਭੇਟ ਕਰ ਆਇਆ। ਅਤੇ ਇਹ ਪੀਰ ਦੀ ਗੱਲ ਸੁਣ ਕੇ ਆਖਣਗੇ, ਨਹੀਂ ਪੀਰ ਜੀ ਇਹ ਤੁਹਾਨੂੰ ਮੇਰੇ ਗੱਲ ਸੁਣਨੀ ਪਏਗੀ। ਆਖਣਗੇ ਫਿਰ ਜੇ ਗੱਲ ਸੁਣਾਉਣੀ ਆ ਕੋਈ ਇਹੋ ਜਿਹੀ ਗੱਲ ਹੈ? ਆਖਣਗੇ ਇੱਕ ਪਾਸੇ ਹੋ ਜਾਓ, ਓਹਲੇ ਹੋ ਜਾਓ। ਆਖਣਗੇ ਕਿਉਂ? ਆਖਣਗੇ ਜੇ ਪੁੱਤਰਾਂ ਦੀ ਮਾਂ ਨੇ ਸੁਣ ਲਿਆ ਤਾਂ ਗਸ਼ ਖਾ ਕੇ ਕਮਲੀ ਹੋ ਜਾਏਗੀ, ਉਹ ਤਾਂ ਡਿੱਗ ਪਏਗੀ, ਉਹ ਤਾਂ ਬੇਹੋਸ਼ ਹੋ ਜਾਏਗੀ। ਇਸ ਕਰਕੇ ਪੀਰ ਜੀ ਉਸ ਸਿਪਾਹੀ ਨੂੰ ਇੱਕ ਪਾਸੇ ਲਿਜਾ ਕੇ ਆਖਣਗੇ, ਦੱਸ ਸਿਪਾਹੀ ਕੀ ਗੱਲ ਕਰਨਾ? ਆਖਣਗੇ ਮਹਾਰਾਜ ਤੁਹਾਡੇ ਦੋ ਪੁੱਤਰ ਉਹ ਪੰਗਾਣੀ ਦੇ ਮੈਦਾਨੇ ਯੁੱਗ ਵਿੱਚ, ਪੰਗਾਣੀ ਦੇ ਜੰਗ ਵਿੱਚ ਸ਼ਹੀਦ ਹੋ ਗਏ ਨੇ, ਕੁਰਬਾਨ ਹੋ ਗਏ ਨੇ, ਪਰਮਾਤਮਾ ਕੋਲ ਚਲੇ ਗਏ ਨੇ, ਅੱਲਾ ਤਾਲਾ ਕੋਲ ਚਲੇ ਗਏ ਨੇ। ਇਤਨੇ ਬਚਨ ਸੁਣ ਕੇ ਅਤੇ ਫਿਰ ਪੀਰ ਪਤਾ ਕੀ ਆਖਣਗਾ, ਸਿਪਾਹੀ ਇਹ ਤੂੰ ਤੱਕ ਕੇ ਆਇਆ, ਮੇਰੇ ਪੁੱਤਰਾਂ ਨੇ ਕਿਤੇ ਪਿੱਠ ਵਿੱਚ ਤਾਂ ਨਹੀਂ ਤੀਰ ਖਾਧਾ, ਮੇਰੇ ਪੁੱਤਰਾਂ ਨੇ ਕਿਤੇ ਪਿੱਠ ਵਿੱਚ ਤਾਂ ਨਹੀਂ ਗੋਲੀ ਖਾਧੀ? ਨਹੀਂ ਪੀਰ ਜੀ, ਤੁਹਾਡੇ ਪੁੱਤਰ ਕਲਗੀ ਵਾਲੇ ਪਾਤਸ਼ਾਹ ਦੇ ਵੱਲੋਂ ਸਾਹਮਣੇ ਛਾਤੀ 'ਚ ਗੋਲੀਆਂ ਖਾ ਕੇ ਸ਼ਹੀਦ ਹੋਏ ਨੇ। ਆਖਣਗੇ ਮੈਂ ਉਹਨਾਂ ਪੁੱਤਰਾਂ ਦੀਆਂ ਲਾਸ਼ਾਂ ਨੂੰ ਮੈਦਾਨੇ ਜੰਗ ਵਿੱਚ ਤੱਕ ਕੇ ਅਤੇ ਕੱਪੜਾ ਪਾ ਕੇ ਆਇਆ ਅਤੇ ਤੁਹਾਨੂੰ ਖਬਰ ਦੇਣ ਵਾਸਤੇ ਆਇਆ ਕਿ ਪੀਰ ਜੀ ਆਪਣੇ ਪੁੱਤਰਾਂ ਨੂੰ ਚੱਲ ਕੇ ਸਾਂਭ ਲਓ, ਇਹਨਾਂ ਨੂੰ ਦਫਨਾ ਲਓ, ਇਹਨਾਂ ਦਾ ਕਿਰਿਆ ਕਰਮ ਕਰ ਲਓ। ਇੱਕ ਵਾਰੀ ਬੋਲੋ ਸਤਨਾਮ। ਪੀਰ ਨੇ ਆਪਣੀ ਘਰਵਾਲੀ ਨੂੰ ਆਖਿਆ, ਭਾਗਾਂ ਵਾਲੀਏ ਮੈਂ ਕਲਗੀ ਵਾਲੇ ਪਾਤਸ਼ਾਹ ਕੋਲ ਚੱਲਿਆ ਮਿਲਣ ਵਾਸਤੇ, ਅੱਜ ਕਲਗੀ ਵਾਲੇ ਨਾਲ ਮੇਰੇ ਖੁੱਲ੍ਹੇ ਗੱਲਾਂ ਹੋਣਗੀਆਂ, ਅੱਜ ਕਲਗੀ ਵਾਲੇ ਪਾਤਸ਼ਾਹ ਨਾਲ ਮੇਰੇ ਖੁੱਲ੍ਹੇ ਵਿਚਾਰ ਹੋਣਗੇ, ਮੈਂ ਕਲਗੀ ਵਾਲੇ ਪਾਤਸ਼ਾਹ ਨਾਲ ਕੋਈ ਗੱਲਾਂ ਕਰਨ ਚੱਲਿਆ ਅਤੇ ਤੂੰ ਇੱਥੇ ਰਹਿ ਅਤੇ ਮੈਂ ਤੈਨੂੰ ਸਾਰੀ ਆ ਕੇ ਖਬਰ ਸੁਣਾਵਾਂ। ਅਤੇ ਪੀਰ ਦੀ ਘਰਵਾਲੀ ਆਖਣਗੀ, ਮੇਰੇ ਬੱਚਿਆਂ ਵੱਲ ਵੀ ਤੱਕਿਓ, ਮੇਰੇ ਪੁੱਤਰਾਂ ਵੱਲ ਵੀ ਤੱਕਿਓ ਅਤੇ ਮੇਰੇ ਭਰਾਵਾਂ ਵੱਲ ਵੀ ਤੱਕਿਓ ਜਿਹੜੇ ਕਲਗੀ ਵਾਲੇ ਪਾਤਸ਼ਾਹ ਦੇ ਮੈਦਾਨੇ ਜੰਗ ਵਿੱਚ ਗਏ ਨੇ, ਉਹਨਾਂ ਦੀ ਵੀ ਖਬਰ ਸੁਰਤ ਲੈ ਕੇ ਆਇਓ। ਸਮਾਂ ਨਹੀਂ,
ਕਿ ਇਹਨੂੰ ਮੈਂ ਵਿਸਥਾਰ ਚ ਲਿਆਵਾਂ। ਬਾਕੀ ਦਾ ਜ਼ਿਕਰ ਕੱਲ੍ਹ ਸ਼ਾਮ ਦੀ ਦੀਵਾਨ 'ਚ ਤੁਹਾਡੇ ਸਾਹਮਣੇ ਕਰਾਂਗਾ। ਇਹ ਹੈ ਪ੍ਰੀਤੀ, ਇੱਕ ਮੁਸਲਮਾਨ ਦੀ, ਇੱਕ ਸਾਈਂ ਦੀ। ਕਲਗੀ ਵਾਲੇ ਪਾਤਸ਼ਾਹ ਦੇ ਦਰ 'ਤੇ ਜਾਂਦਾ ਕਿਵੇਂ ਜਾਂਦਾ? ਅਸੀਂ ਵੀ ਪੇਟਾ ਮੱਥਾ ਟੇਕਣੇ ਹਾਂ, ਅਸੀਂ ਵੀ ਦਮੜੇ ਡਾਲੇ ਮੱਥਾ ਟੇਕਣੇ ਹਾਂ। ਹੁਣ ਦੇਖਿਓ, ਪੀਰ ਕਲਗੀ ਵਾਲੇ ਪਾਤਸ਼ਾਹ ਕੋਲ ਜਾਂਦਾ ਅਤੇ ਜੋੜਾ ਪੁੱਤਰਾਂ ਦਾ ਲਾਸ਼ਾਂ ਦੇ ਰੂਪ ਵਿੱਚ ਪੇਟਾ ਲੈ ਕੇ ਜਾਂਦਾ। ਅੱਗੋਂ ਕਲਗੀ ਵਾਲੇ ਪੀਰ ਦਾ ਕੀ ਸਤਿਕਾਰ ਕਰਦੇ ਨੇ, ਇਹ ਬਹੁਤ ਸੋਹਣਾ ਜ਼ਿਕਰ ਹੈ। ਮੈਂ ਸਮਾਂ ਨਹੀਂ, ਇਹਨੂੰ ਵਿਸਥਾਰ ਚ ਲਿਜਾਵਾਂ। ਆਓ ਉਹ ਪੰਕਤੀਆਂ ਪੜ੍ਹੀਏ। ਮੇਰੀ ਪ੍ਰੀਤ ਗੋਬਿੰਦ ਸਮਾਪਤੀ ਹੈ। ਇਹਨੇ ਅੱਖਰ ਪ੍ਰਵਾਨ ਕਰਨੇ, ਸ਼ਬਦ ਪੇਟ ਕਰਦੇ ਹਾਂ, ਵਿਚਾਰਾਂ ਪੇਟ ਕਰਦੇ ਹਾਂ। ਬੇਅੰਤ ਬੇਅੰਤ ਤਰੁੱਟੀਆਂ, ਭੁੱਲਾਂ, ਗਲਤੀਆਂ ਹੋ ਸਕਦੀਆਂ ਹਨ। ਅਣਜਾਣ ਸੇਵਕ ਸਮਝ ਕੇ ਭੁੱਲਾਂ ਨਾਲ ਚਿਤਾਰਦਿਆਂ ਖਿਮਾ ਕਰੋਗੇ। ਸੋ ਆਪ ਜੀ ਨੂੰ ਪਤਾ ਹੀ ਹੈ ਕਿ ਦਾਸਾਂ ਦਾ ਜਥਾ 2-4 ਦਿਨ ਇੱਥੇ ਹੋਰ ਹੈ। ਐਤਵਾਰ ਤੱਕ ਅਸਾਂ ਇੱਥੇ ਸੇਵਾ ਕਰਨੀ ਹੈ, ਸੋਮਵਾਰ ਨੂੰ ਚਲਿਆ ਜਾਣਾ ਹੈ। ਸ਼ਨਿਚਰਵਾਰ ਤੱਕ ਗੁਰਦੁਆਰਾ ਸਾਹਿਬ ਕੀਰਤਨ ਕਰਾਂਗੇ, ਐਤਵਾਰ ਦਾ ਕੀਰਤਨ ਬਾਲਟੀ ਮੋਰ ਵਿਖੇ ਹੈ। ਸੋ ਇਸ ਕਰਕੇ ਬਾਕੀ ਆਉਂਦੇ 2-3 ਦੀਵਾਨਾਂ 'ਚ ਆਪ ਪਿਆਰ ਨਾਲ, ਭਾਵਨਾਵਾਂ 'ਚ, ਸ਼ਰਧਾ 'ਚ ਆਓ, ਗੁਰਬਾਣੀ ਸਰਵਣ ਕਰੋ, ਗੁਰੂ ਦੇ ਇਤਿਹਾਸ ਨਾਲ ਪਿਆਰ ਕਰੀਏ, ਸਮੇਂ ਨੂੰ ਸਫਲ ਕਰੀਏ, ਸਮੇਂ ਨੂੰ ਸੁਹਾਵਣਾ ਬਣਾਈਏ, ਤਾਂ ਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕਾਰ ਪ੍ਰਭ ਆਪੇ ਮਿਲੇ। ਜਿਹਨਾਂ ਜਿਹਨਾਂ ਸਤਸੰਗੀਆਂ ਨੇ, ਮਾਤਾਵਾਂ, ਭੈਣਾਂ, ਵੀਰਾਂ ਨੇ, ਬਜ਼ੁਰਗਾਂ ਨੇ ਕੀਰਤਨ ਦੇ ਸਤਿਕਾਰ 'ਚ ਬਾਣੀ ਦੇ ਵਿੱਚ ਦਮੜੇ ਮਾਇਆ ਅਰਦਾਸ ਕਰਾਈਏ, ਸਰਬਤ ਦਾ ਨਾਮ ਬਾਬਾ ਜੀ ਜਾਣਦੇ ਨੇ, ਸਰਬਤ ਨੂੰ ਸਿੱਖੀ ਸਿੱਧ ਗੁਰਬਾਣੀ ਨਾਲ ਪਿਆਰ, ਸਤਸੰਗਤ ਨਾਲ ਪਿਆਰ, ਸਤਿਗੁਰ ਸੱਚਾ ਪਾਤਸ਼ਾਹ ਨਾਮ ਦੀ ਦਾਤ ਬਖਸ਼ੇ, ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ੇ, ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਰੋਜ਼ਾਨਾ ਦਾ ਸਤਸੰਗ ਬਖਸ਼ਣ। ਰਾਮ ਕਲੀ ਮੈਂ ਲਾਗੀ ਜਾਣ ਦੇ ਤੂੰ ਕਰ ਸਤਿਗੁਰ ਪ੍ਰਸਾਦ, ਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਪਾਇਆ ਪਰਿਵਾਰ ਸ਼ਬਦ ਸਭ ਸਾਰਾ ਕਰੋ ਕਰੇ ਜਿਹੜਾ ਨਾਲ ਸਭ
ਬਾਟੇ ਸਭ ਦਵਾਜੇ ਕੱਲਾ ਜਨ ਕਰਤਾਰਿਆ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਪਿਆਰ ਨਾਲ ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮਤ ਬਿਤਾਮ ਬਾਰਕ ਤੇਰੇ, ਉਮਰੀ ਕਿਰਪਾ ਮੈਂ ਸੁਖ ਗਨੇਰੇ, ਕੋਈ ਨਾ ਜਾਣ ਸਤਿ ਸ਼੍ਰੀ ਅਕਾਲ।
ਸ੍ਰੀ ਸਾਹਿਬ ਜੀ ਸਾਰੇ ਖਾਲਸਾ ਜੀ ਦੇ ਬੋਲ ਬਾਰੇ ਬੋਲੋ ਸ਼੍ਰੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰੂ ਅਸਥਾਨਾਂ ਚੌਂਕੀਆਂ ਝੰਡਿਆਂ ਬੋਗਿਆਂ ਨਿਸ਼ਾਨਾਂ ਦੀ ਕਮਾਈ ਕਰਦੇ ਅੰਤਰ ਬੋਲੋ ਜੀ ਸ਼੍ਰੀ ਵਾਹ ਜਿਹਨਾਂ ਮਾਈਆਂ ਨੇ ਲਾਹੌਰ ਮੀਰਮਨ ਦੀ ਜੇਲ੍ਹ ਸਵਾ ਸਵਾ ਮਨ ਪੀਸਣ ਪੀਸੇ ਖਰੀ ਖਰੀ ਰੋਟੀ 'ਤੇ ਗੁਜ਼ਾਰਾ ਕੀਤਾ ਛੋਟੇ ਛੋਟੇ ਮਸਮ ਬੱਚਿਆਂ ਦੇ ਟੁਕੜੇ ਕਰਾਏ ਗਲਾਂ ਛਾਲ ਪੁਆਏ ਨੀਚਿਆਂ 'ਤੇ ਟੰਗਾਏ ਚੋਰੀਆਂ 'ਚ ਪੁਆਏ ਭਾਣਿਆਂ ਨੂੰ ਮਿੱਠਾ ਕਰਕੇ ਮੰਨਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਲਵਾਇਆ ਜਿਹਨਾਂ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲਵਾਈਆਂ ਖੋਪੜੀਆਂ ਉਤਾਰੀਆਂ ਜੀਦੇ ਜੀ ਭੱਠਿਆਂ 'ਚ ਚੌਕੇ ਗਏ ਦੇਗਾਂ 'ਚ ਉਬਾਲੇ ਗਏ ਆਰਿਆਂ ਨਾਲ ਦੁਫਾੜ ਕੀਤੇ ਗਏ ਜੰਡਾਂ ਨਾਲ ਬੰਨ ਕੇ ਤੇਲ ਪਾ ਕੇ ਸਾੜੇ ਗਏ ਗੋਲੀਆਂ ਦੇ ਨਿਸ਼ਾਨੇ ਬਣੇ ਗੱਡੀਆਂ ਦੇ ਇੰਜਣਾਂ ਥੱਲੇ ਜਤਾੜੇ ਗਏ ਡਾਂਗਾਂ ਦੀ ਛੜੀਆਂ ਦੀ ਮਾਰ ਖਾਧੀ ਪਰ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਲਵਾਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਤੇ ਨਾ ਸਮੂਹ ਸਿੰਘ ਸੰਘਣੀਆਂ ਪੁਚੰਗੀਆਂ ਦੀ ਕਮਾਈ ਕਰ ਧਿਆਨ ਕਰ ਬੋਲੋ ਜੀ ਸ਼੍ਰੀ ਵਾਹ ਦੇ ਮਨ ਸਤਿਗੁਰੂ ਤਨ ਦੇ ਤਨ ਸਤਿਗੁਰੂ ਨੇ ਉੱਠੇ ਦੀ ਹੋਰ ਨੇ ਆਸਾ ਦੇ ਆਸੇ ਧੰਨ ਧਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਅਰਦਾਸ ਬੇਨਤੀ ਹੈ ਦਾਸਾਂ ਸੇਵਕਾਂ ਸੰਤਾਂ ਦੇ ਸਿਰ 'ਤੇ ਮੇਰ ਪ੍ਰਯਤ ਰੱਖੋ ਕਾਮ ਕ੍ਰੋਧ ਲੋਭ ਮੋਹ ਕਾਰਨ ਦਿਆ ਚੁਗਲੀ ਤੋਂ ਬਚਾਉ ਪਰ ਤੁਰਨ ਬਲ ਸ਼ੁਭ ਤੈਨੂੰ ਬਣਦਾ ਪਿਆਰ ਗੁਰਸਿੱਖੀ ਜੀ ਨੂੰ ਬਖਸ਼ੋ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ੋ ਪੰਥ 'ਚ ਏਕਤਾ ਬਖਸ਼ੋ ਪੰਥ 'ਚ ਬਲ ਬਖਸ਼ੋ ਪੰਥ 'ਚ ਸਤਿਗੁਰ ਸੱਚੇ ਪਾਤਸ਼ਾਹ ਮੈਤਰੀ ਭਾਵ ਬਖਸ਼ੋ ਏਕਤਾ ਬਖਸ਼ੋ ਸਤਿਗੁਰ ਸੱਚੇ ਪਾਤਸ਼ਾਹ ਪੰਥ ਦੀਆਂ ਮੁਸ਼ਕਲਾਂ ਆਈਆਂ ਨੂੰ ਹਰਨ ਕਰੋ ਸਤਿਗੁਰ ਸੱਚੇ ਪਾਤਸ਼ਾਹ ਹਮਰੇ ਦੁਸ਼ਟ ਸਭੇ ਤੁੰਗਾਲੋ ਆਪ ਆਪਦੇ ਕੋਈ ਬਚਾਵੋ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਦੇ ਮਾਂ ਵਾਕ ਅਨੁਸਾਰ ਆਪਣੇ ਖਾਲਸਾ ਪੰਥ ਦੀ ਆਪ ਸੰਭਾਲ ਕਰੋ ਮਿਹਰ ਕਰੋ ਬਖਸ਼ਣ ਕਰੋ ਸਤਿਗੁਰ ਸੱਚੇ ਪਾਤਸ਼ਾਹ ਆਪ ਦੀ ਮਿਹਰ ਕਿਰਪਾ ਦੁਆਰਾ ਆਪਣੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਸੋਹਣਾ ਸਵਾਗ ਸਮਾਂ ਬਖਸ਼ਿਆ ਸੰਗਤਾਂ ਉਦਮ ਅਤੇ ਪ੍ਰੇਰਨਾ ਸਦਕਾ ਸ਼ਾਮਾਂ ਦੇ ਦੀਵਾਨ ਸਜੇ ਹਨ ਪਵਿੱਤਰ ਬਾਣੀ ਰੱਬੀ ਬਾਣੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਅਤੇ ਗੁਰਮਤਿ ਇਤਿਹਾਸਕ ਵਿਚਾਰਾਂ ਹੋਈਆਂ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਵਿਚਾਰਾਂ ਕਰਦੇ ਹਾਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੁੰਦੀਆਂ ਪੰਜਾਬ ਬੱਚੇ ਸੰਗ ਕੇ ਸੁਣਨਾ ਕਰਦੇ ਸੰਤਾਂ ਨੇ ਪਰ ਸੱਚੇ ਪਾਤਸ਼ਾਹ ਦੂਰੋਂ ਨੇੜੇ ਚੱਲ ਕੇ ਆਪ ਜੀ ਦੇ ਪਵਿੱਤਰ ਕਦਮਾਂ 'ਚ ਹਾਜ਼ਰੀਆਂ ਭਰੀਆਂ ਕਦਮ ਲੇਖੇ ਲਾਓ ਸੰਗਤਾਂ ਦੀਆਂ ਪੇਟਾਵਾਂ ਦਿਲ ਫੁੱਲ ਆਪਣੇ ਦਰਗਾਹ ਪ੍ਰਵਾਨ ਕਰੋ ਦਰਗਾਹ 'ਚੋਂ ਸੰਗਤਾਂ ਨੂੰ ਆਪਣਾ ਨਾਮ ਬਖਸ਼ੋ ਸਿੱਖੀ ਸਿਰਕ ਭਰੋਸਾ ਪ੍ਰੇਮ ਅਤੇ ਪਿਆਰ ਬਖਸ਼ਣ ਸਤਿਗੁਰ ਸੱਚੇ ਪਾਤਸ਼ਾਹ ਗੁਰਮੁਖ ਪਿਆਰੀਆਂ ਸੰਗਤਾਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਆਪ ਜੀ ਦੇ ਵਾਸਤੇ ਲੰਗਰ ਅਤੇ ਕਿਹੜਾ ਪ੍ਰਸ਼ਾਦ ਤਿਆਰ ਹੋਇਆ ਹੈ ਆਪ ਜੀ ਨੂੰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਤ ਸਾਧਸੰਗ ਦੀ ਰਸਮ ਲਾਇਕ ਹੋਏ ਜਿਹਨਾਂ ਨੇ ਪਿਆਰ ਕਰਕੇ ਭਾਵਨਾ ਕਰਕੇ ਆਪ ਜੀ ਦੇ ਲੰਗਰਾਂ ਦੀ ਪ੍ਰਸ਼ਾਦ ਦੀ ਸੇਵਾ ਕੀਤੀ ਹੈ ਮਨੋਕਾਮਨਾ ਪੂਰਨ ਕਰੋ ਮਨ 'ਚ ਫਲ ਬਖਸ਼ੋ ਮਨ ਦੀਆਂ ਮਨੋਰਥ ਪੂਰਨ ਕਰੋ ਦਾਤਾਂ ਬਖਸ਼ੋ ਸਦਾ ਹੀ ਚੜ੍ਹਦੀਆਂ ਕਰਨ ਦਾ ਜੀਵ ਬਖਸ਼ੋ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਸਰਦਾਰ ਜੋਗਿੰਦਰ ਸਿੰਘ ਜੀ ਵੱਲੋਂ ਆਪਣੇ ਸਵਰਗਵਾਸੀ ਪਿਤਾ ਡਾਕਟਰ ਸੰਤ ਸਿੰਘ ਜੀ ਦੀ ਆਤਮਕ ਸ਼ਾਂਤੀ ਨਿਮਿਤ ਮਾਇਆ ਅਰਦਾਸ ਕਰਾਉਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ਿਸ਼ ਕਰੋ ਗੁਰਮੁਖ ਪਿਆਰੇ ਨੂੰ ਆਪਣੇ ਚਰਨਾਂ 'ਚ ਥਾਂ ਬਖਸ਼ੋ ਆਪਣੇ ਚਰਨਾਂ 'ਚ ਟਿਕਾਣਾ ਬਖਸ਼ੋ ਪਿੱਛੇ ਪਰਿਵਾਰ ਨੂੰ ਪਾਣਾ ਮਨ ਦਾ ਬਲ ਬਖਸ਼ੋ ਆਈਆਂ ਮੁਸ਼ਕਲਾਂ ਦਾ ਨਾਸ ਕਰੋ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ ਗੁਰਮੁਖ ਪਰਿਵਾਰ ਦੀਆਂ ਅਰਦਾਸਾਂ ਮਨਜ਼ੂਰ ਕਰਕੇ ਉਹਨਾਂ ਦੀ ਪਵਿੱਤਰ ਆਤਮਾ ਨੂੰ ਸ਼ਾਂਤੀ ਬਖਸ਼ੋ ਇਸ ਵਕਤ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਵਿੱਤਰ ਸੋਹਣੇ ਹੁਕਮਨਾਮੇ ਬਖਸ਼ੋ ਹੁਕਮਨਾਮੇ 'ਤੇ ਚੱਲਣ ਦੀ ਤਾਕਤ ਬਖਸ਼ੋ ਜੋ ਜੀ ਆਵੇ ਸੋ ਰਾਜੀ ਜਾਵੇ ਕਲਾ ਜੀ ਨਾਮ ਦੀ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਕਬੀ ਚਲਾਇਓ ਪੰਥ ਹੁਕਮ ਹੈ।
ਚੜੇ ਸੋਤਰੇ ਪਾਰ ਗੁਰ ਪਾਰੇ ਉਤਾਰਨ ਜੋ ਸ਼ਰਧਾ ਕਰ ਸਿੰਦੇ ਗੁਰ ਪਾਰੇ ਉਤਾਰਨ ਬੋਲੇ ਨਾਨਕੀ ਉਦਰੇ ਪ੍ਰਭ ਸਰਨਾ